हाँ जी दोस्तों, प्यार भरी सत श्री अकाल दे नाल स्वागत है तुहाडा अपने चैनल दे उपर। अज आपां पहुंचे हुए हां रंधावा पोल्ट्री फार्म दे विच। अपने नाल इस समय खड़े नेगे डॉक्टर करमजीत सिंह जी। ट्रेनिंग दा सैशन रखिया गया सी 2 दिनां दा पोल्ट्री दी ट्रेनिंग संबंधी। सो ट्रेनिंग लैण दे लई अज इत्थे काफ़ी सारे नौजवान पढ़े लिखे इत्थे पहुंचे ते उन्हां ने ट्रेनिंग लई ते आपां तुहानूं झलकियां भी दिखावांगे ट्रेनिंग दीआं। तो उस तो पहले आप गलबात करते हैं डॉक्टर करमजीत सिंह जी इन्होंने नाल। डॉक्टर साहब सत श्रीकाल जी, सारे बहुत बहुत सत श्रीकाल भाई, प्यार बहुत बहुत जेडे तुसी इस चैनल नू वधिया नाले लाइक करते हो, नाले इन्हां नू रोज़ देखते हो, इलती सानू बहुत वधिया कुछ दिखाउंदे ने, इन्हां दा बहुत बहुत धन्यवाद। डॉक्टर साहब सारे तो पहले तो गल आप यही दसी है भी ट्रेनिंग देने की आपां नू की लोड़ पै गई सी। वैसे तो सरकार ट्रेनिंग लाउण दी सरकारां भी दिंदियां ने, अपना सी आपां इन्हां नू जाने के जो भी मुंडे आए ने बहुत वधिया आए ने, काम करना चाहते ने। सरकार जिहड़ियां ट्रेनिंग दिंदियां ने वह दिंदियां ने सिर्फ कागजी ट्रेनिंग, जाने के उन्होंने कागजां दे उत्ते जो लिखता वह पढ़ाता, वह गल्लां वह सही ने, यह नहीं है गलत ने, पर वह जाने के तो फिजिकल लाइफ दे विच आउंदियां ने उदो उन्हां दा कोई वैल्यू नहीं रहिंदी, क्योंकि उन्हां तो बहुत कुछ उल्ट चलता। ठीक है जी, इत्थे उन्हां नूं इह नहीं पता लगता जाने के जी भी जदों बाल्टी दे विच लेबर पानी चक के तुरदी आ तां उह किद्दां तुरदे, उन्हां ने तो कहना भी पानी पाउणा डुल्लण नहीं देना, जिहड़ा डुल्लण तक जाणा पानी उह सफर नूं जाने के उह नहीं दिखा सकदा। ठीक है, उही चीज़ां कैच करनियां। हाँ, आपां उह चीज़ां सारियां जाने के दस्सिया भी इहनां नूं आपां अपना 1984 ਦਾ ਸਾਡਾ ਪੋਲਟਰੀ ਫਾਰਮ ਬਣਿਆ ਹੋਇਆ, ਉਦੋਂ ਤੋਂ ਜਾਣੀ ਕਿ ਜੋ ਸਾਰੀ ਉਮਰ ਦਾ ਤਜਰਬਾ ਖੱਟਿਆ ਉਹ ਇਹਨਾਂ ਨਾਲ ਸਾਂਝਾ ਕੀਤਾ ਆਪਾਂ। ਠੀਕ ਹੈ ਜੀ, ਵੀ ਜੇ ਤੁਸੀਂ ਕਾਮਯਾਬ ਹੋਣਾ ਤਾਂ ਇਹ ਚੀਜ਼ਾਂ ਕਰ ਸਕਦੇ ਹੋ, ਅਸੀਂ ਇੱਥੇ ਘਾਟੇ ਵੀ ਖਾਧੇ ਨੇ, ਇਹ ਚੀਜ਼ਾਂ ਆਪਾਂ ਲੈ ਸਕਦੇ ਹਾਂ, ਕਿੱਥੋਂ ਮਿਲਦੀਆਂ ਨੇ, ਸਸਤੀ ਕਿੱਥੋਂ ਮਿਲਦੀ ਆ, ਕੌਣ ਜਾਣੀ ਕਿ ਤੁਹਾਨੂੰ ਪ੍ਰੋਵਾਈਡ ਕਰੂਗਾ, ਤੁਸੀਂ ਸ਼ੈੱਡ ਕਿਸ ਕਿਸਮ ਦੇ ਬਣਾ ਸਕਦੇ ਹੋ, ਇਹਨਾਂ 2-3 ਕਿਸਮ ਦੇ ਸ਼ੈੱਡ ਦਿਖਾਏ ਨੇ, ਉਹ ਸਾਰੇ ਜਾਣੀ ਕਿ ਇਹਨਾਂ ਨੂੰ ਪਾ ਸਕਦੇ। ਅਤੇ ਟ੍ਰੇਨਿੰਗ ਦੇ ਵਿੱਚ ਡਾਕਟਰ ਸਾਹਿਬ ਐਂ ਦੱਸੀਏ ਵੀ ਕਿਹੜੇ ਕਿਹੜੇ ਵਿਸ਼ਿਆਂ ਤੋਂ ਇਹਨਾਂ ਵੀਰਾਂ ਨੂੰ ਜਾਣੂ ਕਰਾਇਆ ਗਿਆ ਵੀ, ਹੈ ਨਾ? ਆਪਾਂ ਜਿੱਦਾਂ ਲਾ ਲਓ ਜੀ, ਪਹਿਲਾਂ ਤਾਂ ਸ਼ੈੱਡ ਬਣਾਉਣ ਦੇ ਲਈ ਵੀ ਸ਼ੈੱਡ ਆਪਾਂ ਸਸਤਾ ਕਿਵੇਂ ਬਣਾ ਸਕਦੇ ਹਾਂ, ਫਿਰ ਸ਼ੈੱਡ ਬਣਾਉਣ ਲਈ ਫਿਰ ਆਪਾਂ ਉਸਨੂੰ ਚੂਚੇ ਪਾਲ ਨੂੰ, ਚੂਚਿਆਂ ਦੀ ਤਿਆਰੀ, ਸਾਰੀ ਤਿਆਰੀ ਦਿਖਾਈ ਆ ਵੀ ਕਿੱਦਾਂ ਅਖਬਾਰ ਵਿਛਾਉਣੇ ਨੇ, ਕਿੱਦਾਂ ਉਹਦੇ 'ਤੇ ਪੂਰੀ ਤਿਆਰੀ ਚੂਚਿਆਂ ਦੀ, ਫਿਰ ਵੱਡਿਆਂ ਦੀ ਮੀਡੀਅਮ ਵੀ ਉਹਨਾਂ ਦੀ ਕਿਵੇਂ ਕਰਨਾ, ਗਰਮੀ ਤੋਂ ਕਿਵੇਂ ਬਚਾਉਣਾ, ਸਰਦੀ ਤੋਂ ਕਿਵੇਂ ਬਚਾਉਣਾ, ਠੀਕ, ਫਿਰ ਆਪਾਂ ਉਹਨਾਂ ਤੋਂ ਇਨਕਮ ਕਿਵੇਂ ਲੈਣੀ ਆ। ਠੀਕ ਹੈ ਜੀ, ਠੀਕ ਆ, ਜਿਵੇਂ ਆਪਾਂ ਪ੍ਰੋਡਕਟ ਬਣਾ ਤਾ, ਅਚਾਰ ਬਣਾ ਕੇ ਉਹਦਾ ਵੇਚ ਸਕਦੇ ਹਾਂ ਜੀ, ਠੀਕ ਆ, ਉਸ ਨੂੰ ਲੂਜ਼ ਵੇਚ ਸਕਦੇ ਹਾਂ, ਛੋਟੇ ਚੂਚੇ ਵੇਚ ਸਕਦੇ ਹਾਂ, ਜਿਹੜੇ ਮੇਰੇ ਵੀਰ ਛੋਟੇ ਫਾਰਮ ਕਰਦੇ ਨੇ, ਜਿੱਦਾਂ ਦੇਸੀ ਕਹਿ ਦਈਏ 5-5, 4-4 ਮੁਰਗੀ ਦੇ, ਉਹਨਾਂ ਲਈ ਵੀ ਜਾਣੀ ਕਿ ਬੈਨੀਫਿਟ ਹੋਊਗਾ ਵੀ ਉਹ ਆਪਣਾ ਪ੍ਰੋਡਕਟ ਖੁਦ ਬਣਾ ਕੇ ਵੇਚ ਸਕਦੇ। ਠੀਕ ਹੈ, ਆਪਦੇ ਮੁਰਗੇ ਆਪ ਤਿਆਰ ਕਰਕੇ ਆਪਦੇ ਪ੍ਰੋਡਕਟ ਬਣਾ ਕੇ ਵੇਚ ਸਕਦੇ, ਪ੍ਰੋਡਕਟ ਬਣਾ ਕੇ ਵੇਚ, ਵੀ ਫਿਰ ਤਾਂ ਚੰਗਾ ਦੁੱਗਣਾ ਮੁਨਾਫਾ ਹੋ ਸਕਦਾ। ਹਾਂਜੀ, ਦੁੱਗਣਾ ਮੁਨਾਫਾ ਹੋ ਸਕਦਾ, ਹੋ ਕੇ ਹੋ ਰਿਹਾ ਜੀ, ਅਗਰ ਤੁਸੀਂ ਵਧੀਆ ਕਰ ਰਹੇ ਹੋ ਤਾਂ ਲੋਕ ਅੱਜ ਕੱਲ੍ਹ ਪਿਓਰਟੀ ਚੀਜ਼ ਨੂੰ ਲੈ ਕੇ ਖੁਸ਼ ਨੇ, ਅਗਰ ਤੁਸੀਂ ਪਿਓਰਟ ਦੇ ਰਹੇ ਹੋ ਆਪਣੇ ਫਾਰਮ 'ਚ ਤਿਆਰ ਕਰਕੇ ਦੇ ਰਹੇ ਹੋ। ਠੀਕ ਹੈ ਜੀ, ਤਾਂ ਡਾਕਟਰ ਸਾਹਿਬ ਇਸ ਤਰ੍ਹਾਂ ਦੱਸੋ ਵੀ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਟ੍ਰੇਨਿੰਗ ਦੇਣੀ ਹੈਗੀ। ਟ੍ਰੇਨਿੰਗ ਹਾਂਜੀ ਜ਼ਰੂਰ ਦੇਵਾਂਗੇ ਜੀ, ਬਹੁਤ ਕਾਲ ਆਈਆਂ ਨੇ ਜਾਣੀ ਕਿ ਟ੍ਰੇਨਿੰਗ ਦੇਖ ਕੇ ਜਾਂ ਸਾਨੂੰ ਮਿਲ ਕੇ ਵੀ ਜੀ ਅਸੀਂ ਰਹਿ ਗਏ, ਅਸੀਂ ਲੇਟ ਹੋ ਗਏ, ਅਗਲੇ ਮਹੀਨੇ ਆਪਾਂ ਪ੍ਰੋਗਰਾਮ ਬਣਾਵਾਂਗੇ, ਫਿਰ ਆਪਾਂ 2 ਦਿਨ ਦਾ ਰੱਖਾਂਗੇ ਜੀ, ਜਿਵੇਂ ਵੀ ਹੋਇਆ ਤੁਹਾਡੇ ਨਾਲ ਵੀ ਆਪਾਂ ਅਨਾਊਂਸ ਕਰਦੇ ਰਹਾਂਗੇ, ਅਨਾਊਂਸ ਕਰਦੇ ਰਹਾਂਗੇ ਜੀ। ਹਾਂ ਹਾਂ, ਠੀਕ ਹੈ ਡਾਕਟਰ ਸਾਹਿਬ, ਅਤੇ ਇਸ ਤਰ੍ਹਾਂ ਦੱਸੋ ਵੀ ਆਪਣੀ ਫੀਸ ਵਗੈਰਾ ਕਿੰਨੀ ਕੁ ਰਹਿੰਦੀ ਹੈ, ਕਿੰਨੇ ਦਿਨ ਦੀ ਟ੍ਰੇਨਿੰਗ ਰਹਿੰਦੀ ਹੈ, ਕਿੱਥੇ ਆਪਾਂ ਟ੍ਰੇਨਿੰਗ ਦਿੰਦੇ ਹਾਂ? ਆਪਾਂ 3,000 ਰੁਪਏ ਫੀਸ ਲੈਂਦੇ ਹਾਂ ਜੀ, ਜਿਹਦੇ ਵਿੱਚ ਰਹਿਣਾ ਖਾਣਾ ਸਾਰਾ ਆਪਾਂ ਦਿੰਦੇ ਹਾਂ ਆਪਣੇ ਕੋਲੋਂ, ਠੀਕ ਆ, ਅਤੇ 1 ਦਿਨ ਆਪਾਂ ਸੈਸ਼ਨ ਲਾਉਂਦੇ ਹਾਂ ਹੋਟਲ 'ਚ, 1 ਦਿਨ ਆਪਾਂ ਜਾਣੀ ਕਿ ਫਿਜੀਕਲ ਦਿੰਦੇ ਹਾਂ, ਸਾਰੇ ਫਾਰਮਾਂ 'ਚ ਘੁਮਾਉਂਦੇ ਹਾਂ ਸਾਨੂੰ ਵੀ ਕਿੱਥੇ ਕਿੱਥੇ ਕੀ ਬਣਦਾ ਜੀ, ਅਤੇ ਰਹਿਣ ਸਹਿਣ ਦਾ ਪ੍ਰਬੰਧ, ਰਹਿਣ ਸਹਿਣ ਦਾ ਪ੍ਰਬੰਧ ਆਪਣੇ ਕੋਲ ਹੈਗਾ ਜੀ, ਸਾਰਾ ਕਰਕੇ ਦੇ। ਠੀਕ ਹੈ, ਅਤੇ ਹੋਰ ਵੀਰ ਆਪਣੇ ਨੂੰ ਕਾਲ ਕਰਦੇ ਹੁੰਦੇ ਨੇ ਕਿ ਸਾਨੂੰ ਇਹਦਾ ਸਰਟੀਫਿਕੇਟ ਮਿਲੇਗਾ ਜਾਂ ਨਹੀਂ। ਹਾਂਜੀ, ਸਰਟੀਫਿਕੇਟ ਦੇਵਾਂਗੇ ਜੀ, ਸਾਡੀ ਕੰਪਨੀ ਵੱਲੋਂ ਰਜਿਸਟਰਡ ਕੰਪਨੀ ਆ ਸਾਡੀ, ਰਜਿਸਟਰਡ ਸਰਟੀਫਿਕੇਟ ਦੇਵਾਂਗੇ ਜੀ, ਠੀਕ ਆ, ਜਿਹਦੀ ਅਗਰ ਤੁਸੀਂ ਫੋਰਨ ਤੌਰ 'ਤੇ ਵੀ ਜਾਣਾ ਤਾਂ ਬਾਹਰ ਵੀ ਜਾਣੀ ਕਿ ਇਹਦੀ ਪੂਰੀ ਵੈਲਿਊ ਹੈ ਜੀ, ਅਗਰ ਤੁਸੀਂ ਐਮਬੈਸੀ ਦੇ ਵਿੱਚ ਬਹੁਤ ਬੰਦੇ ਗਏ ਨੇ ਸਾਡੇ ਸਰਟੀਫਿਕੇਟ ਨਾਲ ਤਾਂ ਉੱਥੇ ਵੀ ਇਸ ਨੂੰ ਵੈਲਿਡ ਆ ਜੀ ਬਾਹਰ ਦੇ। ਠੀਕ ਹੈ ਜੀ, ਹਾਂਜੀ, ਅਤੇ ਡਾਕਟਰ ਸਾਹਿਬ ਧੰਨਵਾਦ ਕਰਦੇ ਹਾਂ ਜੀ। ਹੁਣ ਆਪਾਂ ਵੀਰੋ ਗੱਲਬਾਤ ਕਰਦੇ ਹਾਂ ਵੀਰਾਂ ਦੇ ਨਾਲ, ਜਿਹੜੇ ਟ੍ਰੇਨਿੰਗ ਲੈਣ ਦੇ ਲਈ ਆਏ ਉਹਨਾਂ ਨੂੰ ਕਿਸ ਤਰ੍ਹਾਂ ਲੱਗਿਆ, ਨਾ ਜਾਣਨਾ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਜਗ੍ਹਾ ਤੋਂ ਆਏ ਭਰਾ ਜੀ, ਕੀ ਨਾਮ ਆ? ਅਸੀਂ ਵੀਰੇ ਆਏ ਹਾਂ ਲੁਧਿਆਣੇ ਕੋਲੇ ਜਗਰਾਓਂ ਦੇ ਇਲਾਕੇ ਤੋਂ ਆਏ, ਰਸੂਲਪੁਰ ਤੋਂ। ਰਸੂਲਪੁਰ ਤੋਂ ਪੜ੍ਹੇ ਲਿਖੇ ਕਿੰਨਾ ਕੁ ਵੀ, ਹੁਣ ਕਿਵੇਂ ਸੋਚਿਆ? +2 ਪਾਸ ਕੀਤੀ ਹੋਈ ਹੈ ਜੀ। +2 ਪਾਸ ਕੀਤੀ ਹੈ, ਠੀਕ ਹੈ। ਆਰਟਸ ਦੇ ਵਿੱਚ ਕੀਤੀ ਸੀਗੀ ਵੀ ਕੋਈ ਕੰਮ ਧੰਦਾ ਆਰਟਸ ਘੱਟ ਮਿਲਦੇ ਆ, ਨੌਕਰੀਆਂ ਵਗੈਰਾ। ਠੀਕ ਹੈ ਜੀ, ਤੇ ਖੇਤੀਬਾੜੀ ਕਰਦੇ ਸੀ, ਨਾਲ ਸੋਚਿਆ ਕੋਈ ਸਹਾਇਕ ਧੰਦਾ ਤੋਰ ਲਈਏ ਕੋਈ। ਠੀਕ ਹੈ, ਪਹਿਲਾਂ ਤਾਂ ਨਹੀਂ ਹੈਗਾ ਕੀਤਾ ਇਹ ਆਪਣਾ? ਪਹਿਲਾਂ ਉਹ ਨਹੀਂ ਕੋਈ ਕੀਤਾ ਹੈ। ਠੀਕ ਹੈ, ਟ੍ਰੇਨਿੰਗ ਲੈ ਕੇ ਕਿਸ ਤਰ੍ਹਾਂ ਲੱਗਿਆ ਵੀਰੇ? ਟ੍ਰੇਨਿੰਗ ਲੈ ਕੇ ਵੀਰੇ ਬਹੁਤ ਵਧੀਆ ਲੱਗਿਆ, ਜਿਹੜੀਆਂ ਗੱਲਾਂ ਸਾਨੂੰ ਨਹੀਂ ਪਤਾ, ਆਮ ਘਰਾਂ ਦੇ ਵਿੱਚ ਆਪਾਂ ਅੱਗੇ ਮੁੜ ਕੇ ਰੱਖਦੇ ਸੀਗੇ, ਮਾੜਾ ਮੋਟਾ ਕੁ ਪਤਾ ਹੁੰਦਾ ਸੀਗਾ ਆਪਾਂ ਨੂੰ, ਨੌਲੇਜ ਹੁੰਦੀ ਸੀਗੀ ਵੀ ਇਹਨੂੰ ਆਹ ਵਾ ਆਹ, ਅੱਗੇ ਤਾਂ ਦੇਸੀ ਦਾ ਹੀ ਪਤਾ ਹੁੰਦਾ ਸੀਗਾ ਘਰਾਂ 'ਚ ਤਾਂ। ਆਹ ਹੁਣ ਬਰੇਲਰ ਚੱਲੀ ਹੈ ਜਿਹੜੀ, ਅਤੇ ਨਵੀਆਂ ਜਿਹੜੀਆਂ ਵਰਾਇਟੀ ਇਹਨਾਂ ਬਾਰੇ ਵੀ ਪਤਾ ਲੱਗਿਆ ਸਾਰਾ ਕੁਛ,
ਤੇ ਪਤਾ ਲੱਗ ਕੇ ਤੇ ਹੁਣ ਇਹਨਾਂ ਦੀਆਂ ਬਿਮਾਰੀਆਂ ਸਾਰਾ ਕੁਛ ਵੀ ਕੀ ਫੰਗਸ ਬਿਮਾਰੀ ਜਾਂ ਸੀਆਰਡੀ ਜਿਹੜੇ ਕੁਛ ਵੀ ਹੁੰਦਾ ਆਪਾਂ ਨੂੰ ਪਤਾ ਹੁਣ ਇੱਥੇ ਆ ਕੇ ਇਹਨਾਂ ਨੇ ਦੱਸਿਆ ਸਾਰਾ ਕੁਛ ਟ੍ਰੇਨਿੰਗ ਲੈ ਕੇ ਕਹਿਣ ਤੋਂ ਭਾਵ ਸੰਤੁਸ਼ਟੀ ਹੋਈ ਹੈ ਸੰਤੁਸ਼ਟੀ ਹੋ ਗਈ ਤੇ ਪਤਾ ਵੀ ਲੱਗ ਗਿਆ ਵੀ ਆਹ ਚੀਜ਼ ਨੂੰ ਇੰਨੀ ਖੁਰਾਕ ਦੇਣੀ ਇੰਨਾ ਭਾਰ ਹੋਵੇ ਜਾਂ ਆਪਾਂ ਲੈ ਕੇ ਆਵਾਂਗੇ ਸਾਰਾ ਕੁਛ ਪਤਾ ਲੱਗ ਗਿਆ ਕਹਿਣ ਤੋਂ ਭਾਵ ਇੱਦਾਂ ਪਤਾ ਲੱਗਿਆ ਵੀ ਕਾਮਯਾਬੀ ਕਿਸ ਤਰ੍ਹਾਂ ਮਿਲ ਸਕਦੀ ਹੈ ਠੀਕ ਹੈ ਜੀ ਕੁੱਲ ਮਿਲਾ ਕੇ ਪ੍ਰਬੰਧ ਕਿਸ ਤਰ੍ਹਾਂ ਦਾ ਲੱਗਿਆ ਪ੍ਰਬੰਧ ਵੀ ਬਹੁਤ ਵਧੀਆ ਜੀ ਲੱਗਿਆ ਠੀਕ ਹੈ ਠੀਕ ਆ ਫਿਰ ਕੰਮ ਕਦੋਂ ਸ਼ੁਰੂ ਕਰ ਦੇਣਾ ਕੰਮ ਵਾਸ ਕਰ ਦਾਂਗੇ ਸਰ ਇੱਕ ਦੋ ਮਹੀਨਿਆਂ ਤੱਕ ਕਰ ਦਾਂਗੇ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਕੀ ਨਾਮ ਭਰਾ ਜਗਰਾਉਂ ਤੋਂ ਆਇਆ ਜੀ ਜੀ ਹਾਂਜੀ ਇੱਕ ਜਗ੍ਹਾ ਤੋਂ ਆਇਆ ਹਾਂਜੀ ਤੋਂ ਇੱਕ ਪਿੰਡੋਂ ਆਇਆ ਇੱਕ ਪਿੰਡੋਂ ਆ ਜੀ ਠੀਕ ਹੈ ਨਾਮ ਹੈ ਕੁਲਵਿੰਦਰ ਜੀ ਹਾਂਜੀ ਹਾਂਜੀ ਕਿਸ ਤਰ੍ਹਾਂ ਲੱਗਿਆ ਟ੍ਰੇਨਿੰਗ ਬਹੁਤ ਵਧੀਆ ਲੱਗਿਆ ਜੀ ਕੰਮ ਸ਼ੁਰੂ ਕਰ ਲੈਣਾ ਹੁਣ ਹਾਂਜੀ ਕਰ ਲੈਣਾ ਜੀ ਪਹਿਲਾਂ ਦੇਸੀ ਥੋੜ੍ਹਾ ਜਿਹਾ ਰੱਖਿਆ ਘਰੇ ਬਾਲ ਥੋੜ੍ਹੇ ਜਿਹੇ ਦੇਸੀ ਨੇ ਕਰ ਲਏ ਆ ਤੇ ਉਹ ਸੈੱਟ ਨਹੀਂ ਹੈਗਾ ਉਹਦਾ ਤੈਨੂੰ ਪਤਾ ਜੀ ਸਾਨੂੰ ਬਾਕੀ ਹੋਈ ਪਤਾ ਲੱਗੇ ਨਾ ਚਾਚਾ ਲੱਗਦਾ ਜੀ ਦਾਦਾ ਜੀ ਚਾਚਾ ਠੀਕ ਹੈ ਹੁਣ ਟ੍ਰੇਨਿੰਗ ਲੈ ਕੇ ਵਧੀਆ ਲੱਗਿਆ ਹਾਂ ਵਧੀਆ ਸੰਤੁਸ਼ਟੀ ਹੋ ਗਈ ਸਵਾਲਾਂ ਦਾ ਜਵਾਬ ਮਿਲ ਕੇ ਹਾਂਜੀ 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 ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਜਸਕਰਨ ਸਿੰਘ ਠੀਕ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਲੱਗਾ ਟ੍ਰੇਨਿੰਗ ਲੈ ਕੇ ਟ੍ਰੇਨਿੰਗ ਲੈ ਕੇ ਬਹੁਤ ਵਧੀਆ ਲੱਗਿਆ ਇਹਨਾਂ ਨੇ ਸਮਝਾਇਆ ਪਹਿਲਾਂ ਸਾਰਾ ਆਪਾਂ ਨੂੰ ਕਾਪੀ ਤੇ ਲਿਖ ਕੇ ਥਿਊਰੀ ਕਰਾ ਕੇ ਸਮਝਾਇਆ ਹੁਣ ਇੱਥੇ ਵਿਜ਼ਿਟ ਕਰਾਉਣ ਲਿਆਇਆ ਇਹ ਫਾਰਮ ਤੇ ਠੀਕ ਹੈ ਜੀ ਇਹਨਾਂ ਨੇ ਫਾਰਮ ਤੇ ਦੱਸਿਆ ਵੀ ਫਾਰਮ ਤੇ ਵਿਜ਼ਿਟ ਕਰਕੇ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਪੂਰੀ ਨੌਲੇਜ ਆ ਗਈ ਵੀ ਕਿਵੇਂ ਫੀਡ ਆਪਾਂ ਤੇ ਦੇਣੀ ਆ ਕਹਿਣ ਤੋਂ ਭਾਵ ਕੁਝ ਸਵਾਲ ਵੀ ਹੁੰਦੇ ਨੇ ਬੰਦਿਆਂ ਦੇ ਮਨਾਂ ਦੇ ਵਿੱਚ ਵੀ ਹਾਂ ਤੁਸੀਂ ਪੁੱਛੇ ਵੀ ਹੋਣੇ ਆਨਸਰ ਦਿੱਤੇ ਹਾਂਜੀ ਹਾਂਜੀ ਆਨਸਰ ਦਿੱਤੇ ਕਹਿੰਦੇ ਭਲਾ ਹੀ 100 ਵਾਰੀ ਪੁੱਛੋ ਹਾਂ ਵੀ ਅੱਕਦੇ ਨਹੀਂ ਹੈਗੇ ਆਨਸਰ ਦਿੰਦੇ ਆ ਇਹ ਸਵਾਲਾਂ ਠੀਕ ਹੈ ਕੁੱਲ ਮਿਲਾ ਕੇ ਵਧੀਆ ਰਿਹਾ ਫਿਰ ਹਾਂਜੀ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਵੀਰ ਜੀ ਕੀ ਨਾਮ ਆ ਮੈਂ ਨਾਭੇ ਕੋਲੋਂ ਪਿੰਡ ਰੋਟੀ ਖਾਸ ਤੋਂ ਆਇਆ ਜੀ ਜੀ ਗੁਰਦਰਸ਼ਨ ਸਿੰਘ ਮੇਰਾ ਨਾਮ ਆ ਜੀ ਜੀ ਹਾਂਜੀ ਟ੍ਰੇਨਿੰਗ ਲੈ ਕੇ ਕਿਸ ਤਰ੍ਹਾਂ ਲੱਗਿਆ ਵੀਰ ਜੀ ਬਹੁਤ ਵਧੀਆ ਲੱਗਿਆ ਜੀ ਪਹਿਲਾਂ ਵੀ ਇਹ ਕੰਮ ਆਪਣਾ ਪੋਲਟਰੀ ਦਾ ਹਾਂਜੀ ਸਰ ਮੇਰਾ ਯਾਨੀ ਕਿ ਪਹਿਲਾਂ ਵੀ ਮੈਂ ਕੜਕਨਾਥ ਦਾ ਫਾਰਮ ਖੋਲ੍ਹਿਆ ਸੀ ਅਤੇ ਬਾਕੀ ਯਾਨੀ ਕਿ ਵੀ ਉਹਦੇ ਵਿੱਚ ਪ੍ਰੋਪਰ ਪਤਾ ਨਹੀਂ ਸੀ ਵੀ ਆਪਾਂ ਨੂੰ ਸੇਲ ਕਰਨ ਦਾ ਅਤੇ ਉਹੀ ਦਿੱਕਤਾਂ ਆ ਰਹੀਆਂ ਸੀ ਉੱਦਾਂ ਫਾਰਮ ਦੀ ਵੱਲੋਂ ਕੋਈ ਦਿੱਕਤ ਨਹੀਂ ਸੀ ਠੀਕ ਹੈ ਜੀ ਹਾਂਜੀ ਬਾਰਡ ਚੰਗੀ ਤਰ੍ਹਾਂ ਪੜ੍ਹ ਰਿਹਾ ਉੱਦਾਂ ਹਾਂਜੀ ਹਾਂਜੀ ਤੁਹਾਨੂੰ ਟ੍ਰੇਨਿੰਗ ਲੈ ਕੇ ਉਰੇ ਵਧੀਆ ਲੱਗਿਆ ਵੀ ਕਿਸ ਤਰ੍ਹਾਂ ਸਵਾਲ ਜਵਾਬ ਵਧੀਆ ਮਿਲੇ ਤੁਹਾਨੂੰ ਜਿਹੜੇ ਨਹੀਂ ਸੀ ਮਿਲੇ ਕਿਤੋਂ ਬਹੁਤ ਵਧੀਆ ਮਿਲੇ ਬਹੁਤ ਵਧੀਆ ਲੱਗਿਆ ਪ੍ਰਬੰਧ ਵਗੈਰਾ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਪ੍ਰਬੰਧ ਨੇ ਬਾਈਆਂ ਦੇ ਜੀ ਹੁਣ ਕੰਮ ਫਿਰ ਕਿਸ ਤਰ੍ਹਾਂ ਕਰਨਾ ਵਧੀਆ ਫੱਟੇ ਚੱਕ ਦੇਣੇ ਐਨ ਜੀ ਐਨ ਹੁਣ ਤਾਂ ਪੂਰਾ ਸਿਰਾ ਹੀ ਲਾ ਦੇਣਾ ਜੀ ਠੀਕ ਹੈ ਜੀ ਹਾਂਜੀ ਮਾਈਂਡ ਫਰੈਸ਼ ਹੋ ਗਿਆ ਜਮੇ ਹੋ ਗਿਆ ਜੀ ਹੁਣ ਤਾਂ ਠੀਕ ਹੈ ਬਾਈ ਜੀ ਹਾਂਜੀ ਲਓ ਵੀਰ ਹੋਰ ਵੀ ਵੀਰਾਂ ਦੇ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਬਾਈ ਜੀ ਮੇਰਾ ਨਾਮ ਗੁਰਦਿਆਲ ਸਿੰਘ ਹੈ ਕਿੱਥੋਂ ਆਇਆ ਮੈਂ ਵੀਰ ਜੀ ਜਲੰਧਰ ਤੋਂ ਟ੍ਰੇਨਿੰਗ ਲਈ ਹੈ ਕਿਸ ਤਰ੍ਹਾਂ ਲੱਗਿਆ ਹਾਂਜੀ ਵਧੀਆ ਸਰ ਇਹਨਾਂ ਨੇ ਤੁਹਾਡਾ ਆਪਾਂ ਇਲਤੀ ਲਾਣਾ ਚੈਨਲ ਤੋਂ ਦੇਖੀ ਸੀ ਯੂਟਿਊਬ 'ਤੇ ਅਤੇ ਉਹਨੂੰ ਵੇਖ ਕੇ ਫਿਰ ਆਇਆ ਇੱਥੇ ਤਾਂ 2 ਦਿਨ ਦੀ ਟ੍ਰੇਨਿੰਗ ਹੈ ਇਹਨਾਂ ਦੀ ਅਤੇ ਉਹਦੇ ਵਿੱਚ ਕੱਲ੍ਹ ਇਹਨਾਂ ਨੇ ਸਾਨੂੰ ਥਿਊਰੀ ਕਰਾਈ ਸੀ ਅਤੇ ਅੱਜ ਸਾਨੂੰ ਪ੍ਰੈਕਟੀਕਲ ਵਾਸਤੇ ਫਾਰਮਾਂ 'ਤੇ ਲੈ ਕੇ ਗਏ ਨੇ ਠੀਕ ਹੈ ਪਹਿਲਾਂ ਕੀ ਕੰਮ ਕਾਜ ਵੈਸੇ ਵੈਸੇ ਮੈਂ ਜੋਬ ਕਰਦਾ ਜੀ ਪ੍ਰਾਈਵੇਟ ਜੋਬ ਜੀ ਹੁਣ ਇਹ ਫਿਰ ਨਾਲ ਕਰਨਾ ਜਾਂ ਨਹੀਂ ਜੀ ਇਹ ਜਿੱਦਾਂ ਜੀ ਸਮੇਂ ਦੇ ਹਿਸਾਬ ਨਾਲ ਜਿੱਦਾਂ ਹੁਣ ਦੇ ਸਮੇਂ ਦੇ ਵਿੱਚ ਯੂਥ ਦੇ ਕੋਲੋਂ ਕੋਈ ਖੁਦ ਦਾ ਰੁਜ਼ਗਾਰ ਨਹੀਂ ਰਿਹਾ ਉਹਨਾਂ ਨੂੰ ਮਤਲਬ ਜਾਂ ਤਾਂ ਉਹਨਾਂ ਕੋਲ 2 ਰਾਹ ਨੇ ਜਾਂ ਉਹ ਬਾਹਰ ਜਾ ਰਹੇ ਨੇ ਅਤੇ ਜਾਂ ਉਹ ਕਿਤੇ ਪ੍ਰਾਈਵੇਟ ਦਾਇਰੇ ਦੇ ਵਿੱਚ ਮਜਬੂਰੀ ਵਜੋਂ ਗੁਲਾਮੀ ਕਰਨ ਲਈ ਮਜਬੂਰ ਹੋ ਰਹੇ ਨੇ ਸਹੀ ਗੱਲ ਤਾਂ ਕਿਤੇ ਨਾ ਕਿਤੇ ਇਹੋ ਜਿਹੇ ਆਈਡੀਏ ਇਹੋ ਜਿਹੇ ਜਿਹੜੇ ਜੋ ਇਹਨਾਂ ਨੇ ਚਲਾਇਆ ਵਾ ਰਸਤਾ ਕਿਤੇ ਨਾ ਕਿਤੇ ਨਵਾਂ ਆਪਣਾ ਕੰਮ ਖੋਲ੍ਹਣ ਨੂੰ ਆਪਣਾ ਕੋਈ ਯਾਨੀ ਕਿ ਬਿਜ਼ਨਸ ਤਿਆਰ ਕਰਨ ਨੂੰ ਬੰਦੇ ਨੂੰ ਮੋਟੀਵੇਟ ਕਰਦੇ ਆ ਠੀਕ ਹੈ ਕਿਤੇ ਆਪਣਾ ਕਿੱਤਾ ਸ਼ੁਰੂ ਕਰਨ ਦਾ ਸਿੱਖਿਆ ਮਿਲਦੀ ਆ ਅਤੇ ਟ੍ਰੇਨਿੰਗ ਲੈ ਕੇ ਇਸ ਤਰ੍ਹਾਂ ਲੱਗਿਆ ਵੀ ਮੈਂ ਆਪਦਾ ਕਿੱਤਾ ਇਹ ਸ਼ੁਰੂ ਕਰ ਸਕਦਾ ਪੋਲਟਰੀ ਦਾ ਹਾਂਜੀ ਸਰ ਆਈਡੀਆ ਕਾਫੀ ਚੀਜ਼ਾਂ ਕੁਛ ਚੀਜ਼ਾਂ ਸਿਰਫ ਇੱਕ ਗੱਲ ਆਪਾਂ ਯੂਟਿਊਬ 'ਤੇ ਦੇਖ ਕੇ ਮੋਟੀਵੇਟ ਹੋ ਕੇ ਕੰਮ ਸ਼ੁਰੂ ਕਰ ਲੈਂਦੇ ਹਾਂ ਬਟ ਉਹਦੇ ਵਿੱਚ ਸਾਨੂੰ ਕਮੀਆਂ ਪੇਸ਼ੀਆਂ ਦਾ ਨਹੀਂ ਪਤਾ ਲੱਗਦਾ ਇੱਥੇ ਆਏ ਹਾਂ ਪ੍ਰੈਕਟੀਕਲੀ ਉਹ ਚੀਜ਼ਾਂ ਦੇਖੀਆਂ ਨੇ ਕਿੱਦਾਂ ਕਿਉਂਕਿ ਕੋਈ ਵੀ ਕੰਮ ਆ ਉਹਦੇ ਫਾਇਦੇ ਦੇ ਨਾਲ ਨੁਕਸਾਨ ਵੀ ਝੱਲਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਉਹ ਹੁੰਦਾ ਹੀ ਹੈ ਹਰ ਕੰਮ ਦੇ ਵਿੱਚ ਬਟ ਉਹ ਨੁਕਸਾਨ ਨੂੰ ਕਿੱਦਾਂ ਹੈਂਡਲ ਕਰਨਾ ਕਿੱਦਾਂ ਉਹਦੀ ਮਤਲਬ ਇੱਕ ਲਿਮਿਟ ਬਣਾ ਲੈਣੀ ਜਾਂ ਬਚਾਅ ਕਰਨਾ ਉਹ ਚੀਜ਼ਾਂ ਇੱਥੇ ਕਾਫੀ ਕੁਛ ਸਿੱਖਣ ਨੂੰ ਮਿਲੀਆਂ ਹਨ ਠੀਕ ਹੈ ਵਧੀਆ ਲੱਗਿਆ ਹਾਂਜੀ ਪ੍ਰਬੰਧ ਕਿਸ ਤਰ੍ਹਾਂ ਲੱਗਿਆ ਰਹਿਣ ਖਹਿਣ ਜੀ ਬਹੁਤ ਵਧੀਆ ਜੀ ਰਹਿਣ ਨੂੰ ਸਟੇ ਵਾਸਤੇ ਇਹਨਾਂ ਰੂਮ ਵਗੈਰਾ ਦਿੱਤੇ ਸੀ ਖਾਣਾ ਵਗੈਰਾ ਇਹਨਾਂ ਦਾ ਆਪਣਾ ਰਿਹਾ ਆ ਮਤਲਬ ਬਹੁਤ ਵਧੀਆ ਰਿਹਾ ਤਕਰੀਬਨ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਸਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਵੀਰ ਜੀ ਵੀਰੇ ਨਾਮ ਰਮਨ ਆ ਜੀ ਕਿੱਥੋਂ ਆ ਮੈਂ ਵੀਰ ਫਾਜ਼ਿਲਕਾ ਜ਼ਿਲ੍ਹੇ ਤੋਂ ਫਾਜ਼ਿਲਕਾ ਜ਼ਿਲ੍ਹੇ ਤੋਂ ਟ੍ਰੇਨਿੰਗ ਲੈ ਕੇ ਕਿਸ ਤਰ੍ਹਾਂ ਦਾ ਲੱਗਿਆ ਪਹਿਲਾਂ ਕੰਮ ਕੀ ਅੱਜ ਕੀ ਹੈ ਵੈਸੇ ਵੈਸੇ ਸਰ ਪਹਿਲਾਂ ਮੇਰਾ ਫਿਸ਼ਰੀ ਦਾ ਚੱਲ ਰਿਹਾ ਜੀ ਠੀਕ ਹੈ ਕਿੰਨੇ ਕੁ ਸਮੇਂ ਤੋਂ ਇਹ ਜੀ ਹੋ ਗਿਆ 1 ਸਾਲ ਕੁ ਹੋ ਗਿਆ ਜੀ ਠੀਕ ਹੈ
ਤੇ ਨਾਲ ਫਿਸ਼ਰੀ ਤਾਂ ਚੱਲੀ ਜਾਂਦਾ ਤੇ ਪੋਲਟਰੀ ਵੀ ਹੋ ਜਾਊਗਾ ਕਿਉਂਕਿ ਇਹਨਾਂ ਦਾ ਜਿੰਨਾ ਇੱਕ ਤੇ ਟਾਈਮ ਦੇਣਾ ਫਿਸ਼ਰੀ ਨੂੰ ਦੇਣਾ ਉਨਾ ਹੀ ਇੱਕ ਵੀ ਚੀਜ਼ ਸਾਂਭ ਲੈਣੀ ਹੈ ਤੇ ਦੋ ਵੀ ਸਾਂਭ ਲੈਣੀ ਹੈ ਤਿੰਨ ਵੀ ਸਾਂਭ ਲੈਣੀ ਠੀਕ ਹੈ ਇੱਕ ਜਗ੍ਹਾ ਤੇ ਮਤਲਬ ਤਿੰਨ ਕੰਮ ਕਰਨੇ ਹਾਂਜੀ ਹਾਂਜੀ ਠੀਕ ਹੈ ਹੁਣ ਕੀ ਲੱਗਦਾ ਵੀ ਤੁਸੀਂ ਕਰ ਲਓਗੇ ਹਾਂਜੀ ਹਾਂਜੀ ਬਹੁਤ ਵਧੀਆ ਸਮਝਾਇਆ ਕਿਸ ਤਰ੍ਹਾਂ ਲੱਗਿਆ ਟ੍ਰੇਨਿੰਗ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਵਧੀਆ ਸਵਾਲਾਂ ਦੇ ਆਨਸਰ ਮਿਲ ਗਏ ਹਾਂਜੀ ਹਾਂਜੀ ਜੋ ਚੀਜ਼ ਆਪਾਂ ਚਾਹੀਦੀ ਸੀ ਉਹ ਮਿਲ ਗਈ ਹੈ ਠੀਕ ਹੈ ਹਾਂਜੀ ਠੀਕ ਹੈ ਵੀਰ ਜੀ ਬੈਸਟ ਆਫ ਲੱਕ ਥੈਂਕ ਯੂ ਸਰ ਲਓ ਵੀਰੋ ਤਕਰੀਬਨ ਟ੍ਰੇਨਿੰਗ ਦਾ ਬੈਚ ਸਮਾਪਤ ਆ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਆਪਣੇ ਨਾਲ ਟ੍ਰੇਨਿੰਗ ਦੇ ਓਨਰ ਬਾਈ ਬਿਕਰਮਜੀਤ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਵੀ ਤੁਸੀਂ ਨੇ ਇਹ ਪ੍ਰੋਗਰਾਮ ਲਿਖਿਆ ਸੀਗਾ ਕਿਉਂਕਿ ਪਹਿਲਾਂ ਤਾਂ ਆਪਾਂ ਜ਼ਿਆਦਾਤਰ ਗੋਡ ਫਾਰਮ ਦੀ ਟ੍ਰੇਨਿੰਗ ਹੈ ਜਿਹੜੀ ਉਹ ਦੇ ਰਹੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਤਜਰਬਾ ਰਿਹਾ ਵਾਸਤੇ ਆਪਣਾ ਐਫਰਟ ਸੀਗਾ ਕਿਉਂਕਿ ਤੁਹਾਨੂੰ ਪਤਾ ਹੀ ਆਪਾਂ ਜਦੋਂ ਗੋਡ ਦੀ ਸ਼ੁਰੂ ਕੀਤੀ ਸੀ ਤਾਂ ਮੇਰੇ ਯਾਦ ਹੈ ਕਿ ਅੱਜ ਤੋਂ 3 ਸਾਲ ਪਹਿਲਾਂ ਪਹਿਲੇ ਬੈਚ ਦੇ ਵਿੱਚ ਸਿਰਫ 2 ਬੰਦੇ ਸੀ ਆਪਣੇ ਕੋਲ ਸਹੀ ਗੱਲ ਹੈ ਤਾਂ ਪੋਲਟਰੀ ਦੇ ਵਿੱਚ ਪਹਿਲੀ ਵਾਰ ਆਪਣੇ ਕੋਲ ਤਕੋ ਰਜਿਸਟ੍ਰੇਸ਼ਨ ਤਾਂ 20 ਮੁੰਡਿਆਂ ਨੇ ਕਰਵਾਈ ਸੀ ਚਲੋ ਮੌਕੇ 'ਤੇ ਕੋਈ ਉਹਨਾਂ ਨੂੰ ਕੰਮ ਹੋ ਗਿਆ ਤਾਂ ਆ ਨਹੀਂ ਸਕੇ ਅਤੇ 12-13 ਮੁੰਡੇ ਆਪਣੇ ਕੋਲ ਪਹੁੰਚੇ ਨੇ ਤਾਂ ਬਹੁਤ ਵਧੀਆ ਰਿਸਪੋਂਸ ਹੈ ਇਟ ਮੀਨਸ ਕਿ ਆਪਾਂ ਉਹਦੇ ਨਾਲ ਮੈਨੂੰ ਲੱਗਦਾ ਵੀ ਉਨੇ ਟਾਈਮ ਦੇ ਵਿੱਚ ਆਪਾਂ ਬਹੁਤ ਅੱਗੇ ਜਾਵਾਂਗੇ ਕੀ ਲੱਗਦਾ ਵੀ ਕਿੱਥੋਂ ਕਿੱਥੋਂ ਆਪਣੇ ਨੌਜਵਾਨ ਕਿੰਨੇ ਕੁ ਪੜ੍ਹੇ ਲਿਖੇ ਨੌਜਵਾਨ ਇਸ ਕੰਮ ਦੇ ਵਿੱਚ ਆ ਰਹੇ ਨੇ ਕੀ ਆਪਣੇ ਕੋਲ ਜੀ ਬਹੁਤ ਵਧੀਆ ਮੁੰਡੇ ਮੈਚਿਓਰ ਵੀ ਅਤੇ ਯੰਗਸਟਰ ਮੁੰਡੇ ਵੀ ਆਏ ਨੇ ਫਾਜ਼ਿਲਕਾ ਤੋਂ ਪਟਿਆਲੇ ਤੋਂ ਨਾਭੇ ਤੋਂ ਜਲੰਧਰ ਤੋਂ ਬਹੁਤ ਦੂਰੋਂ ਦੂਰੋਂ ਮੁੰਡੇ ਆਏ ਨੇ ਤਾਂ ਸਾਨੂੰ ਬੜੀ ਖੁਸ਼ੀ ਹੈ ਇਹ ਸਾਰਾ ਤੁਹਾਡਾ ਭਾਗ ਪ੍ਰਤਾਪ ਹੈ ਜੀ ਨਹੀਂ ਇੰਨੀ ਦੂਰ ਤੱਕ ਸਾਡੀ ਪਹੁੰਚ ਨਹੀਂ ਸੀ ਕਿਤੇ ਜਾ ਸਕਦੇ ਬੇਸ਼ੱਕ ਲੱਖ ਵੱਡਾ ਦਾਇਰਾ ਪਰ ਇਹ ਇਲਤੀ ਲਾਣਾ ਨੂੰ ਅਸੀਂ ਇਹਦਾ ਦਿੰਦੇ ਹਾਂ ਪਰ ਅਸੀਂ ਕ੍ਰੈਡਿਟ ਵੀ ਨਹੀਂ ਦਿੰਦੇ ਕਿਉਂਕਿ ਤੁਸੀਂ ਕਿਹੜਾ ਕੋਈ ਬਗਾਨੇ ਹੋ ਤੁਸੀਂ ਟੀਮ ਦੇ ਮੈਂਬਰ ਹੋ ਠੀਕ ਹੈ ਜੀ ਏ ਤੋਂ ਲੈ ਕੇ ਜੈਡ ਤੱਕ ਤੁਸੀਂ ਨਾਲ ਹੋ ਉਮਰ ਪਤਾ ਨਹੀਂ ਵਾਹਿਗੁਰੂ ਨੇ ਕਿੰਨੀ ਦੇਣੀ ਹੈ ਪਰ ਜਿੰਨੀ ਦੂਰ ਨਜ਼ਰ ਆਪਾਂ ਇਕੱਠੇ ਸਟੈਪ ਦਰ ਸਟੈਪ ਚੱਲਾਂਗੇ ਤਾਂ ਇਹਦਾ ਸਿਰੇ ਅਸੀਂ ਤੁਹਾਨੂੰ ਛੋਟੇ ਭਾਈਆਂ ਨੂੰ ਦਿੰਦੇ ਹਾਂ ਕਿ ਤੁਹਾਡੇ ਕਰਕੇ ਹੀ ਐਡੀ ਦੂਰ ਜਾ ਸਕੇ ਨਹੀਂ ਡੇਰਾ ਬਾਬਾ ਨਾਨਕ ਸਾਨੂੰ ਕੌਣ ਜਾਣਦਾ ਸੀ ਜਿੱਥੋਂ ਆਏ ਨੇ ਇਹ ਸਭ ਤੁਹਾਡੀ ਬਦੌਲਤ ਹੈ ਠੀਕ ਹੈ ਜੀ ਧੰਨਵਾਦ ਜੀ ਮਿਹਰਬਾਨੀ ਲਓ ਵੀਰੋ ਆਪਣਾ ਕੰਮ ਹੀ ਇਹ ਹੈ ਕਿ ਆਪਣੀ ਜਿੰਨੀ ਨੌਜਵਾਨ ਭਰਾ ਨੇ ਜਾਂ ਕਿਸਾਨ ਭਰਾ ਨੇ ਆਪਦੇ ਕਿੱਤੇ ਕਰ ਰਹੇ ਨੇ ਹੋਰ ਕਿੱਤਿਆਂ ਦੇ ਨਾਲ ਇਹ ਸਹਾਇਕ ਧੰਦੇ ਆ ਜਿਹੜੇ ਉਹ ਕਰ ਸਕਣ ਹੈ ਨਾ ਹੁਣ ਆਪਾਂ ਗੱਲਬਾਤ ਕਰੀਏ ਅਖੀਰ ਦੇ ਵਿੱਚ ਡਾਕਟਰ ਕਰਮਜੀਤ ਸਿੰਘ ਇਹਨਾਂ ਦੇ ਨਾਲ ਅਤੇ ਜਗਦੀਪ ਸਿੰਘ ਉਹਨਾਂ ਦੇ ਨਾਲ ਵੀ ਕਰਾਂਗੇ 2 ਗੱਲਾਂ ਅਤੇ ਫਿਰ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਤਾਂ ਸਾਹਿਬ ਜੀ ਤੁਸੀਂ ਕੀ ਕਹਿੰਦੇ ਹੁਣ ਵੀ ਆਉਣ ਵਾਲਾ ਬੈਚ ਆਪਾਂ ਕਦੋਂ ਲਗਾ ਰਹੇ ਵੈਸੇ ਬਸ ਮੰਨ ਕੇ ਚੱਲੋ ਜੀ ਅਗਲੇ ਮਹੀਨੇ ਲਵਾਉਣਾ ਪਊਗਾ ਕਿਉਂਕਿ ਅੱਜ ਹੀ ਤਾਂ ਤੁਸੀਂ ਪਤਾ ਨਹੀਂ ਲਾਈਵ ਹੋਏ ਜਾਂ ਕੀ ਹੋਏ ਕਿੰਨੇ ਫੋਨ ਆ ਗਏ ਵੀ ਬਾਈ ਜੀ ਅਸੀਂ ਰਹਿ ਗਏ ਸਾਨੂੰ ਕਿਉਂ ਨਹੀਂ ਦੱਸਿਆ ਜਾਂ ਸਾਨੂੰ ਪਤਾ ਨਹੀਂ ਲੱਗਿਆ ਅਗਲੇ ਮਹੀਨੇ ਆਪਾਂ ਜ਼ਰੂਰ ਜਾਣੀ ਕਿ ਡੇਟ ਦੇਵਾਂਗੇ ਤੁਹਾਡੇ ਚੈਨਲ 'ਤੇ ਜ਼ਰੂਰ ਆਪਾਂ ਹੋਊਗਾ ਅਤੇ ਉਹ ਪਾ ਦਾਂਗੇ ਮੰਨ ਕੇ ਚੱਲੋ ਜੀ ਜੂਨ ਦੇ ਪਹਿਲੇ ਹਫ਼ਤੇ ਦੇ ਆਈਡੀਆ ਰੱਖਾਂਗੇ ਜੀ ਹਾਲੇ ਕੋਈ ਕਨਫਰਮ ਨਹੀਂ ਕਰੀ ਡੇਟ ਠੀਕ ਹੈ ਕੁੱਲ ਮਿਲਾ ਕੇ ਕਿਸ ਤਰ੍ਹਾਂ ਰਿਹਾ ਫਿਰ ਬਹੁਤ ਵਧੀਆ ਰਿਹਾ ਜੀ ਮੁੰਡੇ ਜਾਣੀ ਕਿ ਜੀ ਜਿਹੜੇ ਆਏ ਨੇ ਮਿੱਤਰ ਉਹ ਸਿੱਖਣ ਲਈ ਆਏ ਨੇ ਇਹ ਨਹੀਂ ਹੈਗਾ ਜੀ ਕੁਛ ਤਾਂ ਟਾਈਮ ਪਾਸ ਲਈ ਆਉਂਦੇ ਨੇ ਉਹ ਨਹੀਂ ਆਏ ਉਹ ਜਾਣੀ ਕਿ ਉਹਨਾਂ ਨੇ ਸਾਰਿਆਂ ਨੇ ਜ਼ਿਆਦਾ ਕੁਛ ਕੋਈ ਛੋਟਾ ਮੋਟਾ ਕੰਮ ਕਰ ਰਹੇ ਨੇ ਪੋਲਟਰੀ ਦਾ ਜਾਂ ਕਰਨਾ ਚਾਹੁੰਦੇ ਨੇ ਜਾਣੀ ਕਿ ਹੁਣ ਉਹਨਾਂ ਨੂੰ ਸ਼ੀਸ਼ਾ ਮਿਲ ਗਿਆ ਵੀ ਅਸੀਂ ਅਗਰ ਇਹੋ ਜਿਹੀ ਚੀਜ਼ ਕਰਦੇ ਹਾਂ ਤਾਂ ਸਾਨੂੰ ਇੰਨੀ ਕੁ ਇਨਕਮ ਹੋਊਗੀ ਜੀ ਠੀਕ ਹੈ ਇਸ ਉਹਦੇ ਆਉਣ ਨਾਲ ਉਹਨਾਂ ਨੂੰ ਸ਼ੀਸ਼ਾ ਮਿਲ ਗਿਆ ਜੀ ਹੁਣ ਉਹ ਅੱਗੇ ਜਾ ਕੇ ਕਿੱਦਾਂ ਕਰਦੇ ਨੇ ਆਪਣੇ ਘਰ ਆਪਣੇ ਬਜਟ ਬਣਾਉਣਗੇ ਸਭ ਕੁਝ ਬਣਾਉਣਗੇ ਅਸੀਂ ਉਹਨਾਂ ਨੂੰ ਪੂਰੀ ਫੈਸਿਲਿਟੀ ਦਿੱਤੀ ਵੀ ਜਦੋਂ ਵੀ ਅਗਰ ਤੁਸੀਂ ਸ਼ੁਰੂ ਕਰੋਗੇ ਅਸੀਂ ਤੁਹਾਡੇ ਕੋਲ ਫ੍ਰੀ ਆਵਾਂਗੇ ਸਿਰਫ ਇਕੱਲਾ ਡੀਜ਼ਲ ਗੱਡੀ ਦਾ ਲਵਾਂਗੇ ਅਸੀਂ ਕੋਈ ਪੈਸਾ ਨਹੀਂ ਲੈਂਦੇ ਜੀ ਤੁਹਾਡੇ ਆਵਾਂਗੇ ਸ਼ੁਰੂ ਕਰਾ ਕੇ ਜਾਵਾਂਗੇ ਕੀ ਬਾਤ ਹੈ ਸ਼ੁਕਰੀਆ ਜੀ ਧੰਨਵਾਦ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜਗਦੀਪ ਸਿੰਘ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਚਾਲ ਆ ਅਤੇ ਕਿਸ ਤਰ੍ਹਾਂ ਦਾ ਰਿਹਾ ਪਹਿਲਾ ਆਪਣਾ ਹਾਂ ਦੇਖੋ ਬਾਈ ਜੀ ਸਭ ਤੋਂ ਖੁਸ਼ੀ ਤਾਂ ਇਹੀ ਹੋਈ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਜਿੰਨੇ ਵੀ ਬੈਚ ਆਏ ਨੇ ਕਿਉਂਕਿ ਸਿਖਾਉਣ ਵਾਲਾ ਸਿੱਖਣ ਵਾਲਾ ਵਧੀਆ ਹੋਵੇ ਨਾ ਤਾਂ ਸਿਖਾਉਣ ਵਾਲੇ ਨੂੰ ਵੀ ਨਜ਼ਾਰਾ ਆ ਜਾਂਦਾ ਠੀਕ ਹੈ ਅਸੀਂ ਕੋਈ ਯਾਨੀ ਕਿ ਇਹ ਨਹੀਂ ਕਹਿੰਦੇ ਵੀ ਅਸੀਂ ਬਹੁਤ ਕੁਛ ਸਿਖਾਇਆ ਅਸੀਂ ਜਿੰਨਾ ਆਪਦੀ ਜ਼ਿੰਦਗੀ ਦਾ ਐਕਸਪੀਰੀਅੰਸ ਕੀਤਾ ਡਾਕਟਰ ਸਾਹਿਬ ਜਿਸ ਤਰ੍ਹਾਂ ਕਹਿੰਦੇ ਆਪਾਂ ਵੀ ਬਚਪਨ ਤੋਂ ਪੋਲਟਰੀ ਦੇ ਵਿੱਚ ਨੇ ਉਹ ਸਾਰਾ ਏ ਟੂ ਜੈਡ ਇਹਨਾਂ ਨਾਲ ਐਕਸਪੀਰੀਅੰਸ ਆ ਜਿਹੜਾ ਸ਼ੇਅਰ ਕੀਤਾ ਠੀਕ ਹੈ ਕਿਤਾਬੀ ਕੁਛ ਨਹੀਂ ਕੀਤਾ ਬਿਲਕੁਲ ਬਿਲਕੁਲ ਹਾਂਜੀ ਦੂਸਰੀ ਗੱਲ ਮੈਂ ਇਹ ਕਹਿੰਦਾ ਜਿਹੜੇ ਵੀਰ ਦੇਖ ਰਹੇ ਨੇ ਵੀਰ ਉਹ ਕੋਈ ਆਇਆ ਨਹੀਂ ਹੈਗਾ ਕੋਈ ਬੜਾ ਹਾਈ ਫਾਈ ਕੰਪਨੀ ਬਿਲਕੁਲ ਦੇਸੀ ਤਰੀਕੇ ਨਾਲ ਟ੍ਰੇਨਿੰਗ ਹੈ ਜਿਹੜੀ ਉਹ ਦਿੱਤੀ ਜਾਂਦੀ ਹਾਂ ਤੁਸੀਂ ਕੀ ਕਹਿੰਦੇ ਇਹਦੇ ਬਾਰੇ ਤੋਂ ਮੈਂ ਤਾਂ ਚਲੋ ਕਹੀ ਦਿੱਤਾ ਇਹ ਕੀਤਾ ਜੀ ਦੇਖੋ ਬਹੁਤ ਸਾਰੇ ਮੁੰਡਿਆਂ ਨੂੰ ਨਾ ਯਾਨੀ ਕਿ ਜਿਹੜੇ ਕਹਿੰਦੇ ਸੀ ਵੀ ਵੱਡੀ ਪੋਲਟਰੀ ਵਾਲੇ ਤਾਂ ਕੰਪਨੀ ਥਰੂ ਪੇਮੈਂਟ ਲੈ ਲੈਣਗੇ ਪੈਸਾ ਲੈ ਲੈਣਗੇ ਕਾਰਨ ਇਹ ਹੋ ਜਾਂਦਾ ਵੀ ਲੋਕ ਬੜਾ ਵੱਡਾ ਚੀਜ਼ ਦਿਖਾਈ ਜਾਂਦੀ ਹਾਈ ਫਾਈ ਠੀਕ ਹੈ ਪਰ ਨਿਕਲਦਾ ਕੁਛ ਹਾਂ ਨਿਕਲਦਾ ਜਿਵੇਂ ਹੁਣ ਕਈ ਵਾਰ ਸਾਡੇ ਕੋਲ ਛੋਟੇ ਫਾਰਮਰ ਆ ਜਿਹੜੇ ਬਾਈ ਅਸੀਂ 200 ਮੁਰਗਾ ਰੱਖਣਾ ਉਹਦਾ ਕਿਵੇਂ ਕਰੀਏ ਬਿਲਕੁਲ ਬਿਲਕੁਲ ਉਹਨਾਂ ਨੂੰ ਅਸੀਂ ਮਾਰਕੀਟਿੰਗ ਦਾ ਰਸਤਾ ਦੱਸਿਆ ਜੀ ਵੀ ਤੁਸੀਂ ਜਦੋਂ ਆਪਦਾ ਮਾਰਕ ਆਪਦਾ ਸਾਰਾ ਕੁਛ ਕਰੋਗੇ ਤਾਂ ਤੁਸੀਂ ਉਸੀ ਉਹੀ ਮੁਰਗਾ ਜਿਹੜਾ 200 ਰੁਪਏ ਕਿਲੋ ਵੇਚ ਰਹੇ ਹੋ ਤੁਸੀਂ 450
ਤੇ ਇਸ ਲਈ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈਗਾ ਵੀ ਪੋਲਟਰੀ ਦੇ ਫੋਨ ਹੋਰ ਵੀ ਆਉਣੇ ਸ਼ੁਰੂ ਹੋ ਗਏ ਠੀਕ ਹੈ ਇਸ ਦਾ ਮਤਲਬ ਇਹ ਸੀ ਵੀ ਕਿਸਾਨ ਵੀਰ ਇੰਟਰਸਟਡ ਹੈਗੇ ਆ ਪਰ ਕੋਈ ਉਹਨਾਂ ਨੂੰ ਰਸਤਾ ਮਿਲ ਨਹੀਂ ਰਿਹਾ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਲਾਸਟ ਮੈਸੇਜ ਹੈ ਜੀ ਕਿਸੇ ਵੀ ਵੀਰ ਨੇ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣੀ ਹੋਵੇ 7-8 ਤਰੀਕ ਦਾ ਜਿਹੜਾ ਬੈਚ ਹੈ ਉਹ ਸ਼ੁਰੂ ਹੈ ਸਾਡਾ ਠੀਕ ਹੈ ਜੀ ਉਹ ਰਜਿਸਟ੍ਰੇਸ਼ਨ ਕਰਾ ਸਕਦਾ ਸਿਰਫ 7-8 ਸੀਟਾਂ ਜਿਹੜੀਆਂ ਬਾਕੀ ਰਹਿ ਗਈਆਂ ਠੀਕ ਹੈ ਜੀ ਕਿਉਂਕਿ ਵੀਡੀਓ ਕਾਫੀ ਚੱਲਣ ਹੋਣ ਕਾਰਨ ਉਹ ਬੁਕਿੰਗ ਕਾਫੀ ਹੋ ਗਈ 6-7 ਸੀਟਾਂ ਬਾਕੀ ਹੈ ਜੇ ਕਿਸੇ ਵੀਰ ਨੇ ਕਰਾਉਣੀ ਹੋਵੇ ਤਾਂ ਕਰਵਾ ਸਕਦੇ ਰਜਿਸਟ੍ਰੇਸ਼ਨ ਕਰਵਾ ਸਕਦੇ ਓਕੇ ਲਓ ਵੀਰੋ ਜਿਹੜੇ ਭਰਾਵਾਂ ਨੇ ਟ੍ਰੇਨਿੰਗ ਲੈਣੀ ਆ ਸੰਪਰਕ ਕਰ ਸਕਦੇ ਹੋ ਪਹਿਲਾ ਕੈਂਪ ਸੀ ਇਹ ਪੋਲਟਰੀ ਫਾਰਮ ਦੀ ਟ੍ਰੇਨਿੰਗ ਦਾ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਧੰਨਵਾਦ ਓਕੇ ਧੰਨਵਾਦ